अस्सलामुअलैकुम बेबे। वालेकुम सलाम, खुश रह बेबे। मैं अज मैं कॉलेज वास्ते इमारत देख ही दिए, वो लोग किराए ते डेवन वास्ते तैयार हैं, बाद इच मैं अपनी इमारत बनवा घिन सा। ਤੂੰ ਇਹ ਸਭ ਕਿਹੜੇ ਵਾਸਤੇ ਕਰੇਂਦੀ ਪਈ ਹੈ ਬੇਬੇ? ਤੁਹਾਡੇ ਇਸ ਸਵਾਲ ਦਾ ਮਤਲਬ ਕਿਆ ਹੈ? ਇਹ ਜੋ ਖਾਬ ਹੁੰਦੇ ਨਾ ਹਾਜ਼ਰਾ, ਕੱਚ ਦੀ ਚੂੜੀ ਕੋਲ ਜ਼ਿਆਦਾ ਨਾਜ਼ੁਕ ਥੀਂਦੇ ਨੇ। ਇਹ ਜਿਹੜੇ ਖਾਬ ਘਰ ਵਾਲਿਆਂ ਦੇ ਮਰਜ਼ੀ ਦੇ ਖਿਲਾਫ਼ ਹੋਵੇ ਅਤੇ ਅੱਖ ਖੁੱਲ੍ਹਣ ਕੋਲ ਪਹਿਲੇ ਟੁੱਟਵੇਂ ਨੇ। ਖੁਆਬ ਤਾਂ ਖੁਆਬ ਹੁੰਦੇ ਨੇ ਬੇਬੇ, ਨਾ ਆਪਣੀ ਮਰਜ਼ੀ ਨਾਲ ਡਿੱਠੇ ਪੈਂਦੇ ਨੇ, ਨਾ ਦੂਜੇ ਦੇ ਖੌਫ ਨਾਲ ਤੋੜੇ ਪੈਂਦੇ ਨੇ। ਇਹ ਛੋਕਰੀ ਨਾਮੁਮਕਿਨ ਕੋ ਮੁਮਕਿਨ ਤਾਂ ਨਹੀਂ ਸਮਝਣ ਲੱਗੀ। ਇਹਦੀ ਦੀਵਾਨਗੀ ਕੋਲੋਂ ਮਲਿਕ ਮਜੀਦ ਫਾਇਦਾ ਚਾਹ ਕੇ ਫਲਕ ਸ਼ੇਰ ਕੋਲੋਂ ਜਮੀਲਾ ਦਾ ਬਦਲਾ ਵੀ ਗਿਣ ਸਕਦੇ। ਦੇਖ ਖੁਰਸ਼ੀਦ, ਸਾਲਾਂ ਕੋਲ ਲੱਗੇ ਤਾਲੇ ਜਲਦੀ ਨਹੀਂ ਖੁੱਲ ਸਕਦੇ। ਖੁੱਲ ਤਵੇਂ ਦਿਨ ਬੇਬੇ, 20 ਸਾਲ ਲੱਗਣ ਤੇ ਭਾਵੇਂ 50, ਤਾਲਾ ਤੋੜਨ ਨਾਲ ਸਿਰਫ ਦਰਵਾਜ਼ੇ ਦੀ ਕੁੰਡੀ ਟੁੱਟ ਵੈਂਦੀ ਏ, ਬਲਕਿ ਕਦੇ ਕਦੇ ਦਰਵਾਜ਼ਾ ਆਪ ਵੀ ਟੁੱਟ ਵੈਂਦੇ। ਪਰ ਮੈਂ ਤਾਲਾ ਤੋੜਨ ਦੀ ਨਹੀਂ, ਤਾਲਾ ਖੋਲਣ ਦੀ ਗੱਲ ਕਰੇਂਦੀ ਪਈ ਹਾਂ ਬੇਬੇ। ਇਹ ਕੰਮ ਇਹਦਾ ਸੌਖਾ ਕਿਹ ਨਹੀਂ ਜਿਤਨਾ ਤੂੰ ਸਮਝਦੀ ਪਈ ਹੈ। ਅਗਰ ਤੂੰ ਸਚਾਓ ਤਾਂ ਬੇਬੇ, ਤਾਂ ਮੇਰੇ ਉੱਤੇ ਮੇਕੇ ਦਾ ਬੂਹਾ ਖੁੱਲ ਸਕਦਾ। ਮੈਂ ਪਹਿਲੇ ਕੱਢਣ ਨਹੀਂ ਚਾਹਿਆ ਖੁਰਸ਼ੀਦ, ਪਰ ਦੇਖ ਨਾ, ਹਰ ਕੰਮ ਦਾ ਕੋਈ ਵੇਲਾ ਹੁੰਦੇ, ਕੋਈ ਢੰਗ ਹੁੰਦੇ। ਵੇਲਾ ਤਾਂ ਆ ਗਿਆ ਬੇਬੇ, ਤਰੀਕਾ ਵੀ ਤੁਸਾਂ ਕੱਢਣਾ। ਤਾਂ ਇੰਤਜ਼ਾਰ ਕਰ, ਵੇਲਾ ਆ ਸੀ ਨਾ ਤੇ ਤਰੀਕਾ ਵੀ ਆਪਣੇ ਆਪ ਆਵੇ ਸੀ। ਹੁਣ ਕਿਤਨਾ ਇੰਤਜ਼ਾਰ ਕਰਾਂ ਬੇਬੇ, ਇੰਤਜ਼ਾਰ ਦੀ ਚੱਕੀ 'ਚ ਪਿਸਦੇ ਪਿਸਦੇ ਤੇ ਮੈਂ 3 ਵਰੇ ਠੀਕ ਹਨ। ਜਲਦਬਾਜ਼ੀ ਦੇ ਵਿੱਚ ਬਣਾ ਬਣਾਇਆ ਕੰਮ ਵਿਗੜ ਵੈਂਦੇ ਖੁਰਸ਼ੀਦ, ਤੇ ਮੈਂ ਨਹੀਂ ਵੀ ਚਾਹੁੰਦੀ ਕਿ ਮੇਰੀ ਮਾਂ ਜਈ ਤੇ ਸ਼ੋਰ ਦੀ ਨਾਫਰਮਾਨੀ ਦਾ ਇਲਜ਼ਾਮ ਆਵੇ। ਮੈਂ ਆਪਣੇ ਭਰਾ ਦੀ ਪੱਗ ਨੀਵੀਂ ਥਈ ਨਹੀਂ ਦੇਖ ਸਕਦੀ। ਦੇਖ ਸਾਵਲ ਕੁਝ ਸਮਝਾ ਦੇ,
ਹਾਜ਼ਰਾ ਕੁੱਕਰ ਹੀ ਨਾ ਮਿਲੇ ਹੁਣ। ਜਲਾਲ ਬਹੁ ਜਜ਼ਬਾਤੀ ਹੈ, ਵੱਲ ਦੇਖ ਜਵਾਨ ਖੂਨ ਅੱਗ ਤੇ ਰੱਖੇ ਹੋਏ ਡੋਦਾ ਲਿਕਾਰ ਹੁੰਦੇ। ਮੇਰੀ ਗੱਲ ਸਮਝਦੀ ਪਈ ਹੈ ਨਾ? ਹਾਂ, ਸਾਰੀ ਹਯਾਤੀ ਮਿੱਠੀ ਮਿੱਠੀ ਗਾਲੀ ਦੀ ਚਟਣੀ ਨਾਲ ਦਿਲਾਸੇ ਦਾ ਖਾਧਨ ਮੈਂ। ਖੂਬ ਅੰਧੇਰੇ ਵਿੱਚ ਹਮਸਾਏ ਦੀ ਲਾਲ ਟੈਨ ਦਾ ਚਾਨਣ ਵੀ ਗਨੀਮਤ ਹੁੰਦੇ ਖੁਰਸ਼ੀਦ।